ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸੇ ਦੇ ਕੋਲੈਸਟੋਲ ਵਗੈਰਾ ਜ਼ਿਆਦਾ ਵੱਧਾ ਹੈ ਜਾਂ ਬੀਪੀ ਜ਼ਿਆਦਾ ਵੱਧਾ ਰਹਿੰਦਾ ਜੀ ਗੁਰਦਿਆਂ ਦੇ ਵਿੱਚ ਦਿੱਕਤ ਹੈ ਲੀਵਰ ਖਰਾਬ ਰਹਿੰਦਾ ਅੱਜ ਇਹ ਜਿਹੜੀ ਆਪਾਂ ਚੀਜ਼ ਬਣਾਉਣ ਲੱਗੇ ਆ ਜੀ ਉਹਨਾਂ ਵਾਸਤੇ ਹੈ ਤਾਂ ਕਿ ਉਹਨਾਂ ਨੂੰ ਕੋਈ ਕਮਜ਼ੋਰੀ ਨਾ ਰਹੇ ਸਰੀਰ ਨੂੰ ਥਕਾਨ ਨਾ ਹੋਵੇ ਜੀ ਸਰੀਰ ਥੱਕਦਾ ਰਹਿੰਦਾ ਲੱਤਾਂ ਬਾਹਾਂ ਦੁਖਦੀਆਂ ਰਹਿੰਦੀਆਂ ਨੇ ਕਮਜ਼ੋਰੀ ਸਰੀਰ ਨੇ ਜਿਆਦਾ ਮੰਨ ਰੱਖੀ ਹੈਗੀ ਐ ਇਹ ਰੈਸਪੀ ਆਪਾਂ ਉਹਨਾਂ ਵਾਸਤੇ ਲੈ ਕੇ ਆਏ ਜੀ ਬਾਕੀ ਖਾ ਤਾਂ ਆਮ ਵੀ ਸਕਦੇ ਆ ਆਪਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਉਹਨੂੰ ਖਵਾ ਸਕਦੇ ਆ ਜੀ ਬੱਚਿਆਂ ਵਾਸਤੇ ਬਹੁਤ ਚੰਗੀ ਆ ਬਹੁਤ ਜਿਆਦਾ ਤਾਕਤ ਕਰਦੀ ਆ ਇਹ ਤੁਸੀਂ ਬੜੇ ਧਿਆਨ ਨਾਲ ਦੇਖਣਾ ਜੀ ਇਹ ਵੀ ਆਪਾਂ ਕੀ ਕੀ ਚੀਜ਼ ਲਈ ਹੈ ਤੇ ਕਿਵੇਂ-ਕਿਵੇਂ ਆਪਾਂ ਤਿਆਰ ਕਰਨੀ ਹੈਗੀ ਇਹਨੂੰ ਤੇ ਆਪਾਂ ਕੀ ਕਰਨਾ ਜੀ ਆਪਾਂ ਲੈ ਲਿਆ ਫਰਾਈਪੈਨ ਇਹਦੇ ਵਿੱਚ ਆਪਾਂ ਪਾ ਲੈਣਾ ਜੀ ਮੰਨ ਲਓ ਅੱਧਾ ਕਿਲੋ ਦੁੱਧ ਪਾ ਲਓ ਤੁਸੀਂ ਵਧੀਆ ਦੁੱਧ ਹੋਵੇ ਸੰਗਣਾ ਜੀ ਅੱਧਾ ਕਿਲੋ ਦੁੱਧ ਲੈ ਲਓ ਤੁਸੀਂ ਆਪਾਂ ਇਹਦੇ ਵਿੱਚ ਦੁੱਧ ਪਾ ਲਿਆ ਠੀਕ ਹੈ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਉਬਾਲਾ ਦਵਾ ਲੈਣਾ ਹੈਗਾ ਜਦੋਂ ਇਹਨੂੰ ਵਧੀਆ ਉਬਾਲਾ ਦਵਾ ਆ ਗਿਆ ਇਹਦੇ ਵਾਸਤੇ ਦੋਕ ਚੀਜ਼ਾਂ ਹੁੰਦੀਆਂ ਜੀ ਬਸ ਉਹ ਤੁਸੀਂ ਪਾ ਕੇ ਤਿਆਰ ਕਰ ਲਓ ਤੇ ਤੁਸੀਂ ਮੁੜ ਕੇ ਦੇਖੋਗੇ ਬਹੁਤ ਹੀ ਵਧੀਆ ਚੀਜ਼ ਬਣ ਜੂਗੀ ਆ ਸੂਜੀ ਹੈ ਜੀ ਜਿਹੜੀ ਆਪਾਂ ਇਹਦੇ ਵਿੱਚ ਦੁੱਧ ਦੇ ਵਿੱਚ ਪਾਉਣੀ ਹੈਗੀ ਐ ਆ ਦੇਖੋ ਤੁਸੀਂ ਇਹਨੂੰ ਉਬਾਲਾ ਆਉਂਦਾ ਜਾਂਦਾ ਹੈਗਾ ਸੂਜੀ ਹੈ ਨਾਲ ਡਰਾਈ ਫਰੂਟ ਹੈ ਕਮਜ਼ੋਰੀ ਤੋਂ ਹੈ ਜੀ ਗੁਰਦੇ ਵਾਲੇ ਪੇਸ਼ੈਂਟ ਇਹਨੂੰ ਨਾ ਖਾਣ ਜੀ ਡਰਾਈ ਫਰੂਟ ਨੂੰ ਜਿਆਦਾ ਤੇ ਲੀਵਰ ਵਾਲੇ ਵੀ ਇਹਨੂੰ ਜਿਆਦਾ ਨਾ ਖਾਣ ਜੀ ਕੋਲੈਸਟ੍ਰੋਲ ਵੱਧਾ ਉਹਨਾਂ ਵਾਸਤੇ ਵੀ ਨਹੀਂ ਇਹ ਸਿਰਫ ਕਮਜ਼ੋਰੀ ਵਾਸਤੇ ਆ ਤੇ ਬੱਚਿਆਂ ਵਾਸਤੇ ਹੈ ਜੀ ਤਾਂ ਕਰਕੇ ਮੈਂ ਨਾਲ ਇਹ ਐਡ ਕੀਤੀ ਹੋਈ ਹੈ ਵੀ ਮੈਂ ਦਿਖਾ ਦਿਆਂ ਥੋੜਾ ਜਿਹਾ ਤੁਹਾਨੂੰ ਵਿੱਚ ਵੀਡੀਓ ਦੇ ਵਿੱਚ ਬੋਲ ਵੀ ਰੱਖਿਆ ਇਹਨੂੰ ਦੁੱਧ ਨੂੰ ਵਾਲਾ ਆਉਣ ਲੱਗਿਆ ਜੀ ਵਧੀਆ ਆ ਦੇਖੋ ਤੁਸੀਂ ਵਧੀਆ ਵਾਲਾ ਆਈ ਜਾਂਦਾ ਦੁੱਧ ਨੂੰ ਹਲਾ ਕੇ ਵੀ ਦੁੱਧ ਥੱਲੇ ਵੀ ਨਾ ਲੱਗੇ ਤੇ ਵਧੀਆ ਚੰਗੀ ਤਰ੍ਹਾਂ ਕੱਢ ਵੀ ਜਾਵੇ ਇਹ ਜਦੋਂ ਥੋੜਾ ਜਿਹਾ ਵਧੀਆ ਕੱਢ ਜਾਂਦਾ ਹੈ ਉਦੋਂ ਜਾਨੀ ਕਿ ਚੀਜ਼ ਵਧੀਆ ਸੋਹਣੀ ਬਣ ਜਾਂਦੀ ਹੈ ਨਹੀਂ ਤਾਂ ਫਿਰ ਆਪਾਂ ਨੂੰ ਲਿੱਸੀ ਲਿੱਸੀ ਜੀ ਲੱਗੀ ਜਾਂਦੀ ਹੈ ਇਹ ਆ ਦੇਖੋ ਆਪਾਂ ਹੁਣ ਸੂਜੀ ਪਾ ਲਈ ਜੀ ਇੱਕ ਕੜਛੀ ਭਰ ਕੇ ਆਪਾਂ ਕੜਛੀ ਭਰ ਕੇ ਪਾ ਲੈਣੀ ਜੀ ਸੂਜੀ ਦੀ ਇਹ ਬਸ ਇੰਨੀ ਕੀ ਡੋਜ਼ ਰੱਖਣੀ ਹੈ ਜੀ ਤੁਸੀਂ ਜਿਹੜਾ ਕਿ ਵਧੀਆ ਬਣ ਜੇ ਇਹ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਈ ਚੱਲੋ ਤੁਸੀਂ ਕੜਛੀ ਦੇ ਨਾਲ ਜਦੋਂ ਤੁਸੀਂ ਇਹਨੂੰ ਲਗਾਤਾਰ ਹਲਾਉਂਗੇ ਆਪਾਂ ਛੱਡਣਾ ਨਹੀਂ ਜੀ ਓਵੇਂ ਨਹੀਂ ਤਾਂ ਥੱਲੇ ਜੰਮ ਜਾਂਦੀਆਂ ਗੰਡਾ ਜੀਆਂ ਬਣ ਜਾਂਦੀਆਂ ਫਿਰ ਇਹ ਠੀਕ ਨਹੀਂ ਲੱਗਦੀ ਆਪਣਾ ਕੀ ਆਪਾਂ ਕੀ ਕਰਨਾ ਹੁਣ ਇਹਨੂੰ ਚੰਗੀ ਤਰ੍ਹਾਂ ਹਲਾਈ ਜਾਣਾ ਦੇਖੋ ਤੁਸੀਂ ਵਧੀਆ ਸੰਘਣੀ ਬਣ ਗਈ ਇਹ ਬਹੁਤ ਵਧੀਆ ਤਿਆਰ ਹੋ ਗਈ ਇਹ ਸੰਘਣੀ ਬਣ ਕੇ ਤੇ ਆ ਦੇਖੋ ਜੀ ਤੁਸੀਂ ਇਹਨੂੰ ਹੁਣ ਚੰਗੀ ਤਰ੍ਹਾਂ ਹਲਾਈ ਚੱਲੋ ਵਧੀਆ ਜਦੋਂ ਇਹ ਤਿਆਰ ਹੋ ਜੂਗੀ ਸੰਘਣੀ ਬਣ ਜੂਗੀ ਇਹ ਪੂਰੀ ਫਿਰ ਆਪਾਂ ਇਹਦੇ ਵਿੱਚ ਚੀਨੀ ਮਿਲਾਉਣੀ ਹੈਗੀ ਆ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਚੰਗੀ ਤਰ੍ਹਾਂ ਵਾਲਾ ਦਿਵਾ ਕੇ ਹੁਣ ਇਹਨੂੰ ਸਿਮ ਕਰ ਦਿਓ ਗੈਸ ਨੂੰ ਕਿਉਂਕਿ ਫਿਰ ਜਾਦੇ ਉੱਪਰ ਨੂੰ ਆਊਗੀ ਤਾਂ ਫਿਰ ਨਿਕਲਣ ਦਾ ਡਰ ਰਹਿੰਦਾ ਦੁੱਧ ਤੇ ਇਹ ਇਹ ਅੰਦਰੇ ਅੰਦਰ ਕੜੀ ਜਾਵੇ ਅੰਦਰੇ ਅੰਦਰ ਜਦੋਂ ਕੜੂਗੀ ਇਹ ਵਧੀਆ ਬਣੂਗੀ ਜੀ ਸਵਾਦ ਬਣ ਜਾਂਦੀ ਹੈਗੀ ਹੈ ਫਿਰ ਆਪਾਂ ਜਦੋਂ ਜਾਦੇ ਉਵਾਲੇ ਖਾਣ ਲੱਗ ਗੀ ਮੰਨ ਲਓ ਜਾਦਾ ਦੁੱਧ ਉੱਪਰ ਨੂੰ ਆਉਣ ਲੱਗ ਗਿਆ ਤਾਂ ਫਿਰ ਆਪਾਂ ਇਹਨੂੰ ਆ ਦੇਖੋ ਤੁਸੀਂ ਇਹ ਜਾਦਾ ਉੱਪਰ ਨੂੰ ਆਉਣ ਲੱਗ ਗਿਆ ਦੁੱਧ ਸੰਘਣੀ ਬਣਨ ਲੱਗ ਗਈ ਇਹ ਜਾਦਾ ਤੇ ਹੁਣ ਆਪਾਂ ਕੀ ਕਰਾਂਗੇ ਨਾ ਤੇ ਇਹਦੇ ਵਿੱਚ ਚੀਨੀ ਪਾ ਦਾਂਗੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਹੁਣ ਇਹ ਪੱਕ ਗਈ ਪੂਰੀ ਪਕਾ ਲੈਣੀ ਆ ਆਪਾਂ ਚੰਗੀ ਤਰ੍ਹਾਂ ਟਾਈਮ ਥੋੜਾ ਜਿਹਾ ਲੱਗ ਜਾਂਦਾ ਜੀ ਇਥੇ ਜ਼ਿਆਦਾ ਵੀ ਨਹੀਂ ਲੱਗਦਾ ਮਤਲਬ ਲੱਗ ਜਾਂਦਾ ਵੀ ਵਧੀਆ ਤਿਆਰ ਕਰਨ ਵਾਸਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਜੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿੰਨੀ ਚੀਨੀ ਪਾਈਏ ਇਹਦੇ ਵਿੱਚ ਤੇ ਤੁਸੀਂ ਉਸ ਹਿਸਾਬ ਦੀ ਚੀਨੀ ਪਾ ਲੈਣੀ ਹੈਗੀ ਐ ਜਿਵੇਂ ਆਪਾਂ ਮਤਲਬ ਕਿ ਪਾਈ ਸੀਗੀ ਆਪਣੇ ਸੂਜੀ ਸੂਜੀ ਦੇ ਹਿਸਾਬ ਦੀ ਆਪਾਂ ਚੀਨੀ ਪਾਉਣੀ ਹੈ ਜੀ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਜੂਗਾ ਜਦੋਂ ਇਹ ਪੂਰੀ ਸੰਘਣੀ ਹੋ ਗਈ ਚੀਨੀ ਆਪਾਂ ਬਾਅਦ ਵਿੱਚ ਪਾਉਣੀ ਹੈ ਪਹਿਲਾਂ ਚੀਨੀ ਨਹੀਂ ਪਾਉਣੀ ਆਪਾਂ ਕਿਉਂਕਿ ਫਿਰ ਇਹ ਜਿਆਦਾ ਪਾਣੀ ਜਾਂ ਛੱਡ ਜਾਂਦੀ ਹੈ ਫਿਰ ਇਹ ਲੋਟ ਨਹੀਂ ਆਉਂਦਾ ਫਿਰ ਇਹ ਸੰਘਣਾ ਨਹੀਂ ਹੋਣ ਚਾਉਂਦਾ ਹੈਗਾ ਜੇ ਆਪਾਂ ਪਹਿਲਾਂ ਇਹਦੇ 'ਚ ਉਹ ਪਾ ਲਈਏ ਹੁਣ ਆਪਾਂ ਕੀ ਕਰਨਾ ਹੈਗਾ ਆਪਾਂ ਇਹਦੇ 'ਚ ਪਾਵਾਂਗੇ ਚੀਨੀ ਠੀਕ ਹੈ ਜੀ ਆਪਾਂ ਇੱਕ ਕੜਛੀ ਚੀਨੀ ਦੀ ਪਾ ਲਈ ਇੱਕ ਕੜਛੀ ਆਪਣੀ ਸੂਜੀ ਦੀ ਸੀ ਇੱਕ ਕੜਛੀ ਆਪਾਂ ਚੀਨੀ ਦੀ ਪਾ ਲਈ ਤੇ ਇਹ ਦੇਖੋ ਕਿੰਡੀ ਸੋਹਣੀ ਬਣ ਗਈ ਸੰਘਣੀ ਸੰਘਣੀ ਜਿਵੇਂ ਖੁਆ ਹੁੰਦਾ ਐ ਇਸ ਤਰ੍ਹਾਂ ਇਹ ਤਿਆਰ ਹੋ ਜੂਗੀ ਆ ਦੇਖੋ ਤੁਸੀਂ ਤਿਆਰ ਹੋ ਗਈ ਨਾ ਵਧੀਆ ਇਹ ਜਿਆਦਾ ਔਖੀ ਨਹੀਂ ਬਣਾਉਣੀ ਤੇ ਪਰ ਇਹ ਤਾਕਤ ਜਿਹੜੀ ਕਰਦੀ ਐ ਵਾਹ ਕਮਾਲ ਐ ਇਹਦੀ ਤਾਕਤ ਵੀ ਜਿਵੇਂ ਆਪਣਾ ਕਹਿ ਦਿੰਦੇ ਆ ਵੀ ਕਮਜ਼ੋਰੀ ਐ ਸਰੀਰ ਨੂੰ ਜਿਆਦਾ ਬਹੁਤ ਜਿਆਦਾ ਤਾਕਤ ਕਰਦੀ ਜੇ ਅਗਰ ਤੁਸੀਂ ਲਗਾਤਾਰ ਇਹਨੂੰ 10 ਦਿਨ ਖਾ ਲਈ ਤਾਂ ਤੁਹਾਨੂੰ ਤੁਹਾਡਾ ਸਰੀਰ ਦੱਸਣ ਲੱਗ ਜੂਗਾ ਵੀ ਇਹ ਆਪਾਂ ਨੂੰ ਕਿੰਨਾ ਅਸਰ ਕਰਦੀ ਹੈਗੀ ਐ ਵਧੀਆ ਬਣ ਜਾਂਦੀ ਹੈ ਇਹਨੂੰ ਬਾਅਦ ਵਿੱਚ ਤੁਸੀਂ ਢੱਕ ਕੇ ਰੱਖ ਵੀ ਸਕਦੇ ਹੋ ਥੋੜਾ ਜਿਹਾ ਚਿਰ 5-7 ਮਿੰਟ ਢੱਕ ਕੇ ਰੱਖ ਦਿਓ ਜੀ ਤੁਸੀਂ ਇਹਨੂੰ ਤੇ ਇਹ ਤਿਆਰ ਹੋ ਜਾਂਦੀ ਹੈਗੀ ਹੈ ਜਦੋਂ ਆਪਾਂ ਚੀਨੀ ਪਾ ਲਈ ਉਦੋਂ ਥੋੜਾ ਜਿਹਾ ਕੇਰਾ ਗੈਸ ਥੋੜਾ ਜਿਹਾ ਜ਼ਿਆਦਾ ਕਰ ਦਿਓ ਤੇ ਤਾਂ ਕਿ ਚੀਨੀ ਖੁਰਜੇ ਸਾਰੀ ਤੇ ਵਧੀਆ ਇਹਦਾ ਜੋ ਕੋਈ ਮਾੜਾ-ਮੋਟਾ ਪਾਣੀ ਛੱਡੂਗੀ ਤਾਂ ਉਹ ਪਾਣੀ ਵੀ ਸੁੱਕ ਜੇ ਦੇਖੋ ਤੁਸੀਂ ਕਿੰਨੀ ਵਧੀਆ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੌਲੀਆਂ ਦੇ ਵਿੱਚ ਪਾ ਲਾਂਗੇ ਜੀ ਤੇ ਵਧੀਆ ਇਹਨੂੰ ਤਿਆਰ ਕਰਕੇ ਤੇ ਦੇਖੋ ਕਿੰਦੀ ਸੋਹਣੀ ਵੀ ਲੱਗਦੀ ਹੈ ਤੇ ਆਪਾਂ ਹੁਣ ਕੌਲੀਆਂ ਅਸੀਂ ਸੀ ਦੋ ਜਾਨੇ ਤੇ ਅਨਮੋਲ ਆਇਆ ਤੇ ਅਨਮੋਲ ਦੀ ਮੰਮੀ ਆਈ ਹੈ ਚਾਰ ਜਾਨੇ ਹੋ ਗਏ ਅਸੀਂ ਹੁਣ ਅਸੀਂ ਇਹਨੂੰ ਚਾਰ ਕੌਲੀਆਂ ਦੇ ਵਿੱਚ ਪਾ ਲਾਂਗੇ ਤੇ ਕੁੜੀਓ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਇਆ ਕਰੋ ਘਰਦਿਆਂ ਨੂੰ ਵੀ ਖਵਾਇਆ ਕਰੋ ਤੁਸੀਂ ਤਾਂ ਕਿ ਉਹਨਾਂ ਨੂੰ ਵੀ ਤਾਕਤ ਰਹੇ ਬੱਚਾ ਨੂੰ ਛੋਟੇ-ਛੋਟਿਆਂ ਨੂੰ ਬੱਚਾ ਨੂੰ ਖਵਾਉਣੀ ਸ਼ੁਰੂ ਕਰ ਦਿਓ ਕੋਈ ਨੁਕਸਾਨ ਨਹੀਂ ਕਰਦੀ ਜਿਵੇਂ ਬੱਚਾ 6-7 ਮਹੀਨਿਆਂ ਦਾ ਹੁੰਦਾ ਥੋੜਾ ਥੋੜਾ ਚਮਚੇ ਨਾਲ ਉਹਦੇ ਮੂੰਹ ਚ ਪਾਈ ਜਾਵੇ ਜੀ ਉਦੋਂ ਤੋਂ ਸਟਾਰਟ ਕਰ ਸਕਦੇ ਆ ਆਪਾਂ ਜਦੋਂ ਬੱਚੇ ਨੂੰ ਆਪਾਂ ਦਲੀਆ ਵਗੈਰਾ ਦੇ ਦਿੰਨੇ ਆ ਉਦੋਂ ਤੋਂ ਬਣਾ ਕੇ ਖਵਾਉਣ ਲੱਗ ਜਾਓ ਬੱਚਾ ਵਧਣ ਲੱਗ ਜਾਊ ਫੁੱਲਣ ਲੱਗ ਜਾਊਗਾ ਹਾਈਟ ਕਰੂਗਾ ਇਹਦੇ ਨਾਲ ਹਾਈਟ ਬਹੁਤ ਹੁੰਦੀ ਹੈ ਜੀ ਬੱਚੇ ਦੀ ਹਾਈਟ ਕਰੂਗਾ ਬੱਚਾ ਤੇ ਵਧੀਆ ਤੰਦਰੁਸਤ ਹੋ ਜਾਊਗਾ ਤੇ ਚਲੋ ਦੇਖੀ ਨਾ ਦੇਖ ਲਿਆ ਹੋਣਾ ਮੈਨੂੰ ਲੱਗਦਾ ਤੁਸੀਂ ਸਾਰਾ ਕੁਝ ਬਣਾਇਆ ਵੀ ਆਪਾਂ ਕਿਵੇਂ ਬਣਾ ਕੇ ਰੱਖਿਆ ਜੀ ਇਹਨੂੰ ਤੇ ਆ ਆਪਾਂ ਚਾਰ ਕੌਲੀਆਂ ਤਿਆਰ ਕਰ ਲਈਆਂ ਤੇ ਉੱਤੇ ਆਪਾਂ ਥੋੜਾ ਥੋੜਾ ਆ ਡਰਾਈ ਫਰੂਟ ਪਾ ਦਾਂਗੇ ਇਹ ਕੋਈ ਜ਼ਰੂਰੀ ਵੀ ਨਹੀਂ ਹੈਗਾ ਜੀ ਵੀ ਪਾਉਣਾ ਹੀ ਪਾਉਣਾ ਹੈਗਾ ਗੁਰਦੇ ਵਾਲੇ ਤੇ ਲੀਵਰ ਵਾਲੇ ਪੇਸ਼ੈਂਟਰ ਨੂੰ ਤਾਂ ਜਮੇ ਨਹੀਂ ਦੇਣਾ ਹੈਗਾ ਜੀ ਇਹ ਡਰਾਈ ਫਰੂਟ ਬਾਕੀ ਤੁਸੀਂ ਪਾ ਸਕਦੇ ਹੋ ਜੀ ਬਜ਼ੁਰਗ ਖਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਦੇਖੋ ਤੁਸੀਂ ਹੋ ਗਿਆ ਤਿਆਰ ਤੇ ਦੱਸਿਓ ਫਿਰ ਕਿਵੇਂ ਬਣੀ ਐ ਤੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਹੋਰ ਕਿਸੇ ਵਧੀਆ ਵੀਡੀਓ ਦੇ ਨਾਲ ਠੀਕ ਹੈ ਜੀ